ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਦੋਸਤੋ, ਇਸ ਵਕਤ ਮੈਂ ਦਿੱਲੀ ਹਾਂ, ਇੱਕ ਬਹੁਤ ਵੱਡੇ ਫੰਕਸ਼ਨ ਦੇ ਵਿੱਚ ਹਿੱਸਾ ਲੈਣ ਆਇਆ ਸੀਗਾ। ਅਤੇ ਅੱਜ ਜਦੋਂ ਮੈਂ ਰਸਤੇ 'ਚ ਆ ਰਿਹਾ ਸੀ ਤਾਂ ਮੈਨੂੰ ਇੱਕ ਬਹੁਤ ਹੀ ਦੁੱਖਦਾਇਕ ਖਬਰ ਮਿਲੀ ਕਿ ਅੱਜ ਪਟਿਆਲਾ ਦੇ ਵਿੱਚ ਜਿਸ ਤਰੀਕੇ ਨਾਲ ਟੈਟ ਪਾਸ ETT ਵਾਲੇ ਜਿਹੜੇ ਬੇਰੁਜ਼ਗਾਰ ਜਿਹੜੇ ਮੁੰਡੇ ਕੁੜੀਆਂ ਪਿਛਲੇ 6 ਮਹੀਨੇ ਤੋਂ ਸੰਗਰੂਰ ਬੈਠੇ ਸੀ, ਅੱਜ ਉਹ ਕੈਪਟਨ ਸਾਹਿਬ ਦੇ ਘਰ ਵੱਲ ਆਏ ਸੀ ਕੂਚ ਕਰਨ, ਤੇ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਔਰ ਖਾਸ ਤੌਰ ਤੇ ਕੁੜੀਆਂ ਨੂੰ ਜਿਹੜੇ ਮੇਲ ਪੁਲਿਸ ਵਾਲਿਆਂ ਨੇ ਉੱਥੇ ਬਹੁਤ ਬੇਰਹਿਮੀ ਨਾਲ ਕੁੱਟਿਆ। ਬਹੁਤ ਸਾਰੇ ਉਹਨਾਂ ਚੋਂ ਟੀਚਰ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ, ਰਜਿੰਦਰਾ ਹਸਪਤਾਲ 'ਚ ਨੇ, ਉਹ ਅਜੇ ਵੀ ਉੱਥੇ ਧਰਨਾ ਲਾ ਕੇ ਬੈਠੇ ਨੇ। ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹਨਾਂ ਦੀ ਗੱਲ ਉਠਾਈ ਸੀ ਜਦੋਂ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਗਾਲ ਕੱਢੀ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਇਹ ਸ਼ਰਮਨਾਕ ਹੈ। ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਲਈ ਪੰਜਾਬੀ ਜਿਹੜੇ ਸੀ ਉਹ ਮੰਨੇ ਗਏ ਸੀ, ਅੱਜ ਸਾਡੀਆਂ ਧੀਆਂ ਭੈਣਾਂ ਨੂੰ ਅਸੀਂ ਆਪਣੇ ਪੰਜਾਬ ਦੇ ਵਿੱਚ ਹੀ ਉਹਨਾਂ ਦੀ ਇੱਜ਼ਤਾਂ ਰੋਲ ਰਹੇ ਹਾਂ, ਚੁੰਨੀਆਂ ਰੋਲ ਰਹੇ ਹਾਂ, ਉਹਨਾਂ ਨੂੰ ਜਿਹੜੀ ਬੇਰਹਿਮੀ ਨਾਲ ਉਹਨਾਂ ਦੀ ਪਿਟਾਈ ਹੋ ਰਹੀ ਹੈ। ਤੇ ਹੋਰ ਵੀ ਸ਼ਰਮ ਦੀ ਗੱਲਾਂ, ਅੱਜ ਇੰਟਰਨੈਸ਼ਨਲ ਵਿਮਨ ਡੇ ਹੈ, ਅੰਤਰਰਾਸ਼ਟਰੀ ਮਹਿਲਾ ਦੇ ਦਿਵਸ, ਤੇ ਅੱਜ ਦੇ ਦਿਨ ਜਿਹੜੀਆਂ ਕੁੜੀਆਂ ਨੂੰ ਕੁੱਟਿਆ ਗਿਆ, ਇਹ ਬਹੁਤ ਪੰਜਾਬ ਸਰਕਾਰ ਲਈ ਸ਼ਰਮਨਾਕ ਗੱਲ ਹੈ। ਕੈਪਟਨ ਸਾਹਿਬ, ਤੁਸੀਂ ਦਿੱਲੀ ਆ ਕੇ ਕਹਿੰਦੇ ਸੀ ਪ੍ਰਚਾਰ 'ਚ ਕਿ ਮੈਂ 11.5 ਲੱਖ ਨੌਕਰੀ ਦੇ ਕੇ ਆਇਆ ਪੰਜਾਬ 'ਚ, ਕਿੱਥੇ ਉਹ 11.5 ਲੱਖ ਨੌਕਰੀ? ਜੇ ਨੌਕਰੀ ਮਿਲੀ ਹੁੰਦੀ ਤਾਂ ਇਹਨਾਂ ਦਾ ਵੀ ਨੰਬਰ ਆਉਂਦਾ ਜਿਹੜੇ 3-3 ਵਾਰੀ ਟੈਟ ਪਾਸ ਕਰੀ ਬੈਠੇ ਨੇ। ਸੋ ਸ਼ਰਮ ਦੀ ਗੱਲ ਹੈ, ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ। ਔਰ ਮੈਂ LOP ਸਾਹਿਬ ਨੂੰ, ਹਰਪਾਲ ਚੀਮਾ ਜੀ ਨੂੰ ਤੇ ਬਾਕੀ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ MLAs ਨੂੰ ਕਿਹਾ ਕਿ ਤੁਸੀਂ ਉੱਥੇ ਜਾ ਕੇ ਉਹਨਾਂ ਦਾ ਦੁੱਖ ਸੁੱਖ ਸੁਣੋ ਤੇ ਵਿਧਾਨ ਸਭਾ ਦੇ ਵਿੱਚ ਜਿਹੜਾ ਇਹ ਮਾਮਲਾ ਉਠਾਵਾਂਗੇ। ਤੇ ਮੈਂ ਵੀ ਕੱਲ ਜਾਂ ਪਰਸੋਂ ਨੂੰ ਪਾਰਲੀਮੈਂਟ ਖਤਮ ਕਰਕੇ ਮੈਂ ਵੀ ਇਹਨਾਂ ਕੋਲ ਆ ਕੇ ਜਾਊਂਗਾ, ਤੇ ਮੈਂ ਇਹਨਾਂ ਨੂੰ ਇਹਨਾਂ ਮੁੰਡੇ ਕੁੜੀਆਂ ਨੂੰ ਇਹੀ ਫੀਲ ਕਰਦਾ, ਕੋਈ ਗੱਲ ਨਹੀਂ, ਡਟੇ ਰਹੋ, ਹੱਕ ਮੰਗਿਆਂ ਤੋਂ ਨਹੀਂ ਮਿਲਦੇ, ਹੱਕ ਖੋਣੇ ਪੈਂਦੇ ਨੇ। ਅਸੀਂ ਤੁਹਾਡੇ ਨਾਲ। ਧੰਨਵਾਦ।